ਡੇਲੀ ਪੰਜਾਬ ਟੀਵੀ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ। ਜੇਕਰ ਤੁਸੀਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹਾਲ ਹੀ ਦੇ ਵਿੱਚ ਸਨੀ ਮਾਲਟ ਨੇ ਇੱਕ ਪੋਡਕਾਸਟ ਦੀ ਕਲਿੱਪ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ, ਜਿਸ ਦੇ ਵਿੱਚ ਆਕਾਸ਼ ਸਿੰਘ ਸਟੈਂਡ ਅਪ ਕਮੇਡੀਅਨ ਨਾਂ ਦਾ ਇੱਕ ਬੰਦਾ ਕਰਨ ਔਜਲੇ ਬਾਰੇ ਗੱਲ ਕਹਿ ਰਿਹਾ ਕਿ ਕਰਨ ਔਜਲਾ ਪੰਜਾਬੀ ਮਿਊਜ਼ਿਕ ਨੂੰ ਹਾਲੀਵੁੱਡ ਤੱਕ ਲੈ ਕੇ ਗਿਆ ਅਤੇ ਅੱਗੇ ਵੀ ਲੈ ਕੇ ਜਾਵੇਗਾ। ਜਿਸ ਬਾਰੇ ਸਨੀ ਮਾਲਟ ਨੇ ਜਵਾਬ ਦਿੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਉਦੋਂ ਹਾਲੀਵੁੱਡ 'ਚ ਕਲੈਬ ਕਰ ਰਿਹਾ ਸੀ ਜਦੋਂ ਪੰਜਾਬੀ ਮਿਊਜ਼ਿਕ ਦੇ ਵਿੱਚ ਕੋਈ ਸੋਚ ਵੀ ਨਹੀਂ ਸੀ ਸਕਦਾ। ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਸਿੱਧੂ ਦੀ ਮੌਜੀ ਦੇ ਨਾਲ 5 ਸਾਲ ਪਹਿਲਾਂ ਦੀ, ਅਤੇ ਸਨੀ ਮਾਲਟ ਨੇ ਕਿਹਾ ਕਿ ਕੁਝ ਵੀ ਬੋਲਣ ਤੋਂ ਪਹਿਲਾਂ ਪੰਜਾਬੀ ਮਿਊਜ਼ਿਕ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ। ਸਿੱਧੂ ਅੱਜ ਤੋਂ 5-6 ਸਾਲ ਪਹਿਲਾਂ ਹਾਲੀਵੁੱਡ ਪਹੁੰਚ ਗਿਆ ਸੀ। And I actually predict, specifically Punjabi music is going to have a big wave in America. Yeah? I think. Really? I think Karan Aujla is going to, I think he's going to be the first to cross over. I saw a video, you guys probably don't even know who he is. His name is Tyrese. He was an R&B singer that was really, not really famous. He's pretty famous in the 2000s, and then he maintained some level of relevance. This is a black guy from Compton, or Watts. I don't know. I think they might be the same. Whatever. But he's playing Karan Aujla outside of his house on his, like, his pool speakers. Wow. And that's when I was like, oh. And then there's a video of Karan Aujla meeting Kanye West. And I was like, I think he's going to be the guy that brings it over. ਹਾਂਜੀ ਹਾਂਜੀ, ਜਿਨ੍ਹਾਂ ਨੂੰ ਸਮਝ ਨਹੀਂ ਆਈ ਨਾ ਆਹ ਵੀਡੀਓ ਬਾਰੇ ਜਿਹੜੀ ਮੈਂ ਪਾਈ ਆ, ਇਹ ਪਤਾ ਨਹੀਂ ਕੌਣ ਆ, ਕੀ ਕਰੀ ਜਾਂਦਾ, ਕੀ ਕਹਿ ਰਿਹਾ। ਇਹ ਇੰਟਰਵਿਊ ਦੇਣ ਗਿਆ ਸੀਗਾ ਅਤੇ ਇਹ ਕਹਿ ਰਿਹਾ, ਜਿਨ੍ਹਾਂ ਨੂੰ ਨਹੀਂ ਸਮਝ ਆਈ ਨਾ, ਇਹ ਕਹਿ ਰਿਹਾ ਕਿ ਹਾਲੀਵੁੱਡ ਨੂੰ ਜਾਣ ਨੂੰ ਪਹਿਲਾਂ ਆਰਟਿਸਟ ਹੋਊਗਾ ਕਰਨ, ਹੈ ਨਾ। ਮੈਨੂੰ ਕੋਈ ਕਰਨ ਵਾਲੀ ਗੱਲ ਨਹੀਂ, ਇਹ ਕਰਨ ਦੇ ਖਿਲਾਫ ਨਹੀਂ, ਇਹ ਜਿਹਦੇ ਮਰਜ਼ ਵੀ ਨਾਂ ਲੈ ਸਕਦਾ ਸੀਗਾ, ਪਰ ਕੁਦਰਤੀ ਇਹਨੇ ਕਰਨ ਦਾ ਨਾਂ ਲਿਆ। ਮੈਂ ਨਾ ਕਿ ਯੂਨੋ ਕਰਨ ਕੰਮ ਖਿੱਚੇ ਜੋ ਮਰਜ਼ੀ ਕਰੋ ਬ੍ਰੋ, ਸਾਡਾ ਭਰਾ ਹੈ ਨਹੀਂ, ਹੈ ਨਾ। ਤੁਸੀਂ ਅੱਧਾ ਕੰਮ ਕਰੀ ਚਲੋ, ਹਾਲੀਵੁੱਡ ਜਾਓ, ਜਿੱਥੇ ਜਾਣਾ ਜਾਓ ਬ੍ਰੋ, ਘੈਂਟ ਕੰਮ ਕਰੋ, ਪੰਜਾਬੀ ਕਲਾ ਨੂੰ ਅੱਗੇ ਲੈ ਕੇ ਜਾਓ, ਹੈ ਨਾ। ਪਰ ਬ੍ਰੋ ਜਿਹੜੇ ਆਹ ਇੰਟਰਵਿਊ ਦੇ ਰਹੇ ਹੈ ਨਾ ਬ੍ਰੋ, ਇਹਨਾਂ ਨੂੰ ਥੋੜ੍ਹੀ ਨੌਲੇਜ ਬਗੈਰ ਇੱਥੇ ਆ ਕੇ ਬੋਲਣਾ ਨਹੀਂ ਚਾਹੀਦਾ। ਜਿਹੜਾ ਕੰਮ ਸਾਡੇ ਭਰਾ ਨੇ 5-6 ਸਾਲ ਪਹਿਲਾਂ ਕੀਤਾ ਨਾ, ਲੋਕ ਹੁਣ ਕਰ ਰਹੇ ਨੇ ਅਤੇ ਹੋਪਫੁਲੀ ਵੱਡੇ ਲੈਵਲ 'ਤੇ ਕਰਨ, ਹੈ ਨਾ। ਹਾਂਜੀ, ਅਤੇ ਮੈਂ ਕੀ ਕਹਿ ਰਿਹਾ ਸੀ ਕਿ ਵੱਡੇ ਲੈਵਲ 'ਤੇ ਕਰਨ, ਪਰ ਬ੍ਰੋ ਜਿਹੜਾ ਅਸੀਂ 5-6 ਸਾਲ ਪਹਿਲਾਂ ਕੰਮ ਕੀਤਾ ਨਾ ਬ੍ਰੋ, ਜਿੱਥੇ ਸਾਡੇ ਭਰਾ ਨੇ ਬਥੇਰਿਆਂ ਨੂੰ ਨਾਂਹ ਵੀ ਕੀਤੀ ਆ ਕਲੈਬ ਲਈ, ਹੈ ਨਾ, ਤੁਸੀਂ ਉਹ ਚੀਜ਼ ਨਾ ਭੁੱਲੋ। ਇਹ ਚੰਗੀ ਗੱਲ ਨਹੀਂ ਕਿ ਆਪਣੇ ਭਰਾ ਨੇ ਇੰਨਾ ਸਟੈਂਡਰਡ ਸੈੱਟ ਕੀਤਾ ਅਤੇ ਇੱਥੇ ਜਾ ਕੇ ਕੋਈ ਵੀ ਜਣਾ ਖਣਾ ਇੰਟਰਵਿਊ ਦੇ ਕੇ ਕੁਛ ਵੀ ਬੋਲ ਜਾਵੇ ਅਤੇ ਆਪਾਂ ਇੱਥੇ ਚੌਪੀ ਬੈਠੇ, ਹੈ ਨਾ। ਇਹ ਨਹੀਂ ਹੋਣ ਦੇਣਾ ਹੁਣ ਬ੍ਰੋ, ਜਿਹੜੇ ਆਰਟਿਸਟ ਆ ਇੱਦਾਂ ਬੋਲਦੇ ਆ ਬ੍ਰੋ, ਜੇ ਤੁਸੀਂ ਆਹ ਪੰਜਾਬੀ ਮਿਊਜ਼ਿਕ ਬਾਰੇ ਗੱਲ ਕਰਨੀ ਹੈ ਨਾ, ਤੁਸੀਂ ਜਾ ਕੇ ਸਟੱਡੀ ਕਰੋ, ਪਤਾ ਕਰੋ ਇੱਥੇ ਤੱਕ ਕਿਵੇਂ ਆਏ ਆ, ਕਿਹਨੇ ਦਰਵਾਜ਼ੇ ਖੋਲ੍ਹੇ ਜਿਹੜੇ ਬੰਦ ਸੀਗੇ ਲੇਬਲਾਂ ਬਗੈਰ, ਠੀਕ ਆ। ਕੋਈ ਲੇਬਲ ਨਹੀਂ ਸੀ ਵੀਰੇ, ਅਸੀਂ ਬੈਠੇ ਸੀਗੇ, ਬੀਟਾਂ ਇੱਧਰੋਂ ਵੈਸਟ ਨਹੀਂ ਚੱਲਦੀਆਂ ਸੀਗੀਆਂ, ਬਥੇਰਾ ਕੰਮ ਅਸੀਂ ਕੀਤਾ ਅਤੇ ਤੁਸੀਂ ਭੁੱਲ ਜਾਓ, ਮੈਂ ਵੀ ਬੈਠਾ ਤੁਹਾਨੂੰ ਯਾਦ ਕਰਾਉਣ ਨੂੰ, ਠੀਕ ਆ। ਬਾਕੀ ਬ੍ਰੋ ਤੁਸੀਂ ਸਾਰੇ ਕੰਮ ਖਿੱਚੋ, ਸਾਨੂੰ ਕਿਸੇ ਨਾਲ ਕੋਈ ਹੇਟ ਨਹੀਂ, ਨਾ ਕੋਈ ਪਿਆਰ ਆ, ਪਰ ਕੰਮ ਖਿੱਚੋ, ਕੰਮ ਨਾਲ ਕੰਮ ਜਵਾਬ ਨਾਲ ਜਵਾਬ ਦਿਓ, ਕੋਈ ਚੱਕਰ ਨਹੀਂ, ਪਰ ਬ੍ਰੋ ਇੱਦਾਂ ਨਹੀਂ ਹੋਣ ਦੇਣਾ।